ਸਤਿ ਸ਼੍ਰੀ ਅਕਾਲ ਜੀ, ਆਪਾਂ ਅੱਜ ਗੱਲ ਕਰਦੇ ਹਾਂ ਜਿਹੜਾ 33 ਫੰਡ ਕੋਟਾ ਮਿਲਿਆ। ਕੱਲ੍ਹ ਦੇ ਸਟੂਡੈਂਟਾਂ ਦੇ ਮੈਸੇਜ ਕਾਲ ਆ ਰਹੀ ਸੀ, ਜਿਹੜੇ ਕੁੜੀਆਂ ਨੂੰ 33% ਕੋਟਾ ਮਿਲਿਆ ਉਹਦਾ ਕੀ ਚੱਕਰ ਹੈਗਾ, ਉਹਦੇ ਫਾਇਦੇ ਆ ਕਿ ਨੁਕਸਾਨ ਆ। ਫਾਇਦੇ ਤਾਂ ਮੈਨੂੰ ਕੋਈ ਲੱਗਦਾ ਨਹੀਂ ਫਾਇਦਾ ਕੋਈ ਹੋ ਸਕਦਾ ਉਹਦਾ, ਕਿਉਂਕਿ ਆਪਣੀ ਇਸ ਲਾਈਨ ਦੇ ਵਿੱਚ ਸ਼ਾਰਟ ਟਰਮ ਦੀ ਲਾਈਨ ਦੇ ਵਿੱਚ ਪਹਿਲਾਂ ਹੀ ਜ਼ਿਆਦਾ ਕੁੜੀਆਂ ਆ, 80% ਪਹਿਲਾਂ ਹੀ ਕੁੜੀਆਂ ਹੈਗੀਆਂ ਜਿਹੜੇ ਪਹਿਲੇ ਅਰਦਾਰ ਵਾ। ਜਦੋਂ ਓਪਨ ਤੱਕ ਜਿਵੇਂ ਆਪਾਂ ਨੋਰਮਲ ਪਾਉਣ ਪੇਪਰ ਭਰਦੇ ਹੈਗੇ ਹਾਂ, 70% ਜਿਹੜਾ ਜਨਰਲ ਨੂੰ ਕੋਟਾ ਮਿਲਦਾ ਸੀਗਾ ਉਹਦੇ ਵਿੱਚੋਂ 33 ਹੋਰ ਕੁੜੀਆਂ ਨੂੰ ਦਿੱਤਾ ਆ। ਇਹਦਾ ਨੁਕਸਾਨ ਹੀ ਹੋਣਾ ਆ, ਕੁੜੀਆਂ ਨੂੰ ਵੀ ਨੁਕਸਾਨ ਹੋਣਾ ਅਤੇ ਮੁੰਡਿਆਂ ਨੂੰ ਵੀ ਹੋਣਾ, ਇਹਦਾ ਫਾਇਦਾ ਕੋਈ ਨਹੀਂ ਹੋਣਾ। ਉਹ ਜਿਹੜੀ ਤੁਹਾਡੀ ਕੈਟਾਗਰੀ ਹੈਗੀ ਆ ਉਹਦੇ ਵਿੱਚੋਂ ਹੋਰ 33 ਕੱਟਤਾ, ਠੀਕ ਆ। ਜਿਹੜੀ ਤੁਹਾਡੀ ਸੀ ਕੈਟਾਗਰੀ ਜਿਹੜੀ ਵੀ ਹੈਗੀ ਆ, ਜੇ 70% ਜੇ ਜਨਰਲ 'ਚ ਹੋ ਗਿਆ ਤੁਹਾਡੀ 70% ਜਿਹੜਾ ਕੋਟਾ ਸੀਗਾ, ਤੁਹਾਨੂੰ 100 ਚੋਂ 70 ਸੀਟਾਂ ਮਿਲ ਰਹੀਆਂ ਸੀਗੀਆਂ, ਉਹ 'ਚ 33 ਪੱਕੀਆਂ ਕੁੜੀਆਂ ਨੂੰ ਮਿਲਣੀਆਂ ਹੀ ਮਿਲਣੀਆਂ ਆ। ਜੇ ਮੁੰਡੇ ਪੇਪਰ ਵੱਧ ਪਾਸ ਕਰ ਜਾਂਦੇ ਆ ਤਾਂ ਉਹ 33% ਜੇ ਕੁੜੀਆਂ ਨਹੀਂ ਹੈਗੀਆਂ ਤਾਂ ਖਾਲੀ ਛੱਡਣੀਆਂ ਜਾਣਗੀਆਂ, ਉਹ 33 ਖਾਲੀ ਛੱਡਣੀਆਂ ਜਾਣਗੀਆਂ। ਵੈਸੇ ਤਾਂ ਆਪਣੇ ਵਿੱਚ ਤਾਂ ਜ਼ਿਆਦਾ ਹੁੰਦੀਆਂ ਹੀ ਕੁੜੀਆਂ ਆ, ਕੁੜੀਆਂ ਦਾ ਪਹਿਲੇ ਰਿਜ਼ਰਵ 80% ਕੋਟਾ ਹੈਗਾ ਕੁੜੀਆਂ ਦਾ। ਕੈਟਾਗਰੀ ਕੋਈ ਮਰਜ਼ੀ ਹੋਵੇ ਜ਼ਿਆਦਾ ਕੁੜੀਆਂ ਹੀ ਹੁੰਦੀਆਂ, ਕੁੜੀਆਂ ਨੂੰ ਤਾਂ ਫਾਇਦਾ ਇਹ 'ਚ ਹੈਗਾ ਹੀ ਹੈਗਾ ਆ। ਪਰ ਨੁਕਸਾਨ ਉਦੋਂ ਹੋਊਗਾ ਜਦੋਂ ਕੁੜੀਆਂ ਨੇ ਅਪਲਾਈ ਨਾ ਕੀਤਾ ਹੋਇਆ, ਕਿਸੇ ਪੋਸਟ ਵਿੱਚ ਕੁੜੀਆਂ ਨੇ ਅਪਲਾਈ ਘੱਟ ਕੀਤਾ ਹੋਇਆ ਜਾਂ ਕੁੜੀਆਂ ਉਹ 'ਚ ਕੰਪੀਟ ਨਾ ਕਰ ਸਕੀਆਂ ਹੋਈਆਂ ਤਾਂ ਸਰਕਾਰ ਨੇ 19 ਸੀਟਾਂ ਖਾਲੀ ਛੱਡ ਲੈਣੀਆਂ, ਵੀ ਕੁੜੀਆਂ ਨਹੀਂ ਹੈਗੀਆਂ ਅਤੇ ਉਹ ਖਾਲੀ ਛੱਡ ਲੈਣਾ। ਹਰੇਕ ਵਾਰੀ ਜਦੋਂ ਤੁਸੀਂ ਦੇਖਿਆ ਹੋਣਾ ਕਿਸੇ ਵੀ ਕੈਟਾਗਰੀ ਦੇ ਵਿੱਚ ਜਦੋਂ ਕੋਈ ਬੰਦਾ ਨਹੀਂ ਪਹੁੰਚਦਾ ਜਾਂ ਪਾਸ ਨਹੀਂ ਕਰਦਾ ਪੇਪਰ, ਤਾਂ ਉਹ ਸੀਟ ਨੂੰ ਖਾਲੀ ਛੱਡ ਲਿਆ ਜਾਂਦਾ। ਜਿਵੇਂ ਐਕਸਰਸਮੈਨ ਹੈਗੇ, ਖਿਡਾਰੀ ਹੈਗੇ, ਹੈਂਡੀਕੈਪਟ ਹੈ, ਕਈ ਪੇਪਰ 'ਚ ਪਾਸ ਨਹੀਂ ਕਰਦੇ, ਇਸ ਕਰਕੇ ਸਰਕਾਰ 19 ਸੀਟਾਂ ਖਾਲੀ ਛੱਡ ਲੈਂਦੀ ਆ। ਉੱਦਾਂ ਹੀ ਹੁਣ ਹੋਏਗਾ ਜੇ ਕਿਸੇ ਆਪਣੀਆਂ ਪੋਸਟਾਂ ਵਿੱਚ ਤਾਂ ਸਟੈਨੋ ਵਾਲਿਆਂ 'ਚ ਤਾਂ ਜ਼ਿਆਦਾ ਕੁੜੀਆਂ ਹੈਗੀਆਂ, ਇਹ 'ਚ ਕੋਈ ਜ਼ਿਆਦਾ ਨੁਕਸਾਨ ਫਾਇਦਾ ਨਹੀਂ ਹੋਣਾ। ਜੇ ਕਿਸੇ ਹੋਰ ਕੋਟਾਂ ਵਿੱਚ ਜੇ ਕੁੜੀਆਂ ਨਹੀਂ ਹੁੰਦੀਆਂ ਤਾਂ 19 ਸੀਟਾਂ ਖਾਲੀ ਛੱਡ ਲਈਆਂ ਜਾਣਗੀਆਂ, ਕੋਈ ਨਵਾਂ ਕੋਟਾ ਨਹੀਂ ਦਿੱਤਾ ਹੈਗਾ। ਤੁਹਾਡਾ ਜਿਹੜਾ ਕੋਟਾ ਸੀਗਾ ਆਪਦੀ ਕੈਟਗਰੀ ਦੇ ਵਿੱਚ, ਜਿਵੇਂ ਐਸ ਸੀ ਨੂੰ 12.5% ਕੋਟਾ ਹੈਗਾ, ਉਹਦੇ ਵਿੱਚੋਂ 33, 12.5 ਦਾ ਵੀ 33%, ਜੇ 100% 100% 12.5 ਆ ਉਹਦਾ ਵੀ 33% ਸਰਕਾਰ ਨੇ ਰਿਜ਼ਰਵ ਕਰ ਲੈਣਾ ਕੁੜੀਆਂ ਵਾਸਤੇ। ਜੇ ਉਸੇ ਕੈਟਾਗਰੀ ਵਿੱਚ ਕੁੜੀਆਂ ਦੀ ਪਰਸੈਂਟੇਜ ਜ਼ਿਆਦਾ ਹੋਈ ਤਾਂ ਉਹ ਜੋਬ ਲੱਗਣਗੀਆਂ, ਜੇ ਘੱਟ ਹੋਈ ਤਾਂ ਉਹਨੇ ਖਾਲੀ ਛੱਡ ਲਈਆਂ ਜਾਣਗੀਆਂ, ਉਹ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਆਪਣੇ ਨਾਲ ਪਹਿਲਾਂ ਵੀ ਹੁੰਦਾ ਆ ਜਦੋਂ ਪੋਸਟਾਂ ਨਿਕਲਦੀਆਂ ਹੈਗੀਆਂ, ਜਿੰਨੀਆਂ ਆਈਆਂ ਹੁੰਦੀਆਂ ਪੋਸਟਾਂ ਉਨੀਆਂ ਫਿੱਲ ਨਹੀਂ ਕੀਤੀਆਂ ਜਾਂਦੀਆਂ। ਫਿੱਲ ਕਿਉਂ ਨਹੀਂ ਕੀਤੀਆਂ ਜਾਂਦੀਆਂ? ਉਸ ਕੈਟਾਗਰੀ ਦਾ ਬੰਦਾ ਹੀ ਨਹੀਂ ਹੁੰਦਾ ਜਿਸ ਕੋਲ ਖਾਲੀ ਛੱਡ ਲਈਆਂ ਜਾਂਦੀਆਂ, ਜਦੋਂ ਉਹ ਬੰਦਾ ਮਿਲੇਗਾ ਉਦੋਂ ਫਿੱਲ ਹੋਏਗੀ, ਉਹਨੂੰ ਸਰਕਾਰ ਫਿੱਲ ਨਹੀਂ ਕਰ ਸਕਦੀ। ਉਹਦੇ ਜਿਹੜਾ 33% ਹੁਣ ਕੀਤਾ ਆ, ਜੇ 100 ਚੋਂ 33 ਕੁੜੀਆਂ ਨਹੀਂ ਮਿਲਦੀਆਂ ਤਾਂ 33% ਉਹ ਖਾਲੀ ਛੱਡਣੀਆਂ ਜਾਣਗੀਆਂ, 3-4 ਕੁੜੀਆਂ ਨਹੀਂ ਮਿਲਦੀਆਂ, ਠੀਕ ਹੈ। ਤਾਂ ਨੁਕਸਾਨ ਹੀ ਹੋਣਾ। ਇਹ ਤਾਂ ਵੈਸੇ ਵੀ ਪੋਲੀਟੀਕਲ ਸਟੰਟ ਆ, ਉਸ ਅਖਬਾਰਾਂ ਵਿੱਚ ਆਉਣ ਲਈ ਬਸ ਵੀ ਨਿਊਜ਼ ਆ ਜਾਏਗੀ ਵੀ ਇੱਦਾਂ ਪਰਸੈਂਟੇਜ ਦੇਤੀ ਆ, ਹੋਰ ਆਪਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋਣਾ। ਆਪਣੀ ਸ਼ਾਰਟ ਹੈਂਡ ਲੈਣ ਦੇ ਵਿੱਚ ਤਾਂ ਕੁੜੀਆਂ ਪਹਿਲਾਂ ਹੀ ਬਹੁਤ ਜ਼ਿਆਦਾ ਹੈਗੀਆਂ, ਇਸ ਕਰਕੇ ਪਹਿਲਾਂ ਹੀ ਕੁੜੀਆਂ ਸੈਂਟੇਜ ਜ਼ਿਆਦਾ ਹੈਗੀ ਆ, ਅਤੇ ਕੁੜੀਆਂ ਨੂੰ ਇਹ 'ਚ ਜ਼ਿਆਦਾ ਚਾਂਸ ਮਿਲਣਾ ਹੀ ਮਿਲਣਾ ਹੈਗਾ। ਅਤੇ ਜੇ ਕੁੜੀਆਂ ਨਹੀਂ ਹੁੰਦੀਆਂ ਤਾਂ ਫਿਰ ਉਹ ਖਾਲੀ ਛੱਡ ਲਈ ਜਾਣਗੀਆਂ, ਉਹ ਕਿਸੇ ਹੋਰ ਕੈਟਾਗਰੀ ਨੂੰ ਨਹੀਂ ਦੇ ਸਕਦੇ। ਜੇ ਇਹ ਕਾਨੂੰਨ ਬਣ ਜਾਂਦਾ ਆ, ਜੇ ਸਰਕਾਰ ਨੇ ਹੁਣ ਰਿਜ਼ਰਵ ਕਰਤਾ ਆ ਤਾਂ ਉਹ ਉੱਦਾਂ ਹੀ ਰਹੇਗਾ, ਸੀਟਾਂ ਖਾਲੀ ਰਹਿਣਗੀਆਂ ਵੱਧ ਤੋਂ ਵੱਧ, ਠੀਕ ਹੈ। ਤਾਂ ਕੋਈ ਫਾਇਦਾ ਨਹੀਂ ਹੈਗਾ, ਨੁਕਸਾਨ ਹੀ ਆ। ਅਤੇ ਬਾਕੀ ਆਪਾਂ ਮਿਹਨਤ ਕਰਦੇ ਰਹਿਣੇ, ਬਾਕੀ ਜਿਹੜਾ ਟੋਪਰ ਬੰਦਾ ਹੈਗਾ, ਜਿਹੜਾ ਮਿਹਨਤ ਕਰਨ ਵਾਲਾ, ਜਿਹੜਾ ਟੋਪਰ ਮੈਰਿਟ ਵਿੱਚ ਅੱਪ ਜਾ ਰਿਹਾ, ਉਹਨੂੰ ਉਸੇ ਕੈਟਾਗਰੀ ਨਾਲ ਕੋਈ ਲਿੰਕ ਨਹੀਂ ਹੈਗਾ। ਤੁਸੀਂ ਪਹਿਲਾਂ ਦੇਖਿਆ ਹੋਇਆ ਜਿਹੜਾ ਜੇ ਐਸ ਸੀ ਕੈਟਾਗਰੀ ਵਾਲਾ ਵੱਧ ਨੰਬਰ ਲੈ ਜਾਂਦਾ ਉਹਨੂੰ ਜਨਰਲ 'ਚ ਕਾਉਂਟ ਕੀਤਾ ਜਾਂਦਾ, ਇਸ ਕਰਕੇ ਉਹਦਾ ਕੋਟਾ ਖਤਮ ਹੋ ਗਿਆ। ਜਿਹੜਾ ਬੰਦਾ ਟੋਪਰ ਆ, ਮਿਹਨਤੀ ਹੈਗਾ, ਠੀਕ ਆ, ਉਹਨੂੰ ਕਿਸੇ ਕੈਟਾਗਰੀ ਨਾਲ ਕੋਈ ਲਿੰਕ ਨਹੀਂ ਹੈਗਾ, ਉਹਨੂੰ ਜੋਬ ਮਿਲਣੀ ਮਿਲਣੀ ਆ, ਇਸ ਕਰਕੇ ਟੋਪਰ ਬਣਨਾ ਹੈਗਾ। ਰਿਜ਼ਰਵ ਵਾਲੇ ਕੋਟੇ 'ਚ ਆਪਾਂ ਧਿਆਨ ਦੇਣਾ ਹੀ ਨਹੀਂ ਵੀ ਕਿਹੜੇ ਕੋਟੇ 'ਚ ਜੋਬ ਲੈਣੀ ਆ। ਤੁਸੀਂ ਕਹਿੰਦੇ ਮੈਂ ਸਟੋਪ ਕਰਨਾ ਆ ਅਤੇ ਆਪਾਂ ਜਨਰਲ ਕੈਟਾਗਰੀ ਵਿੱਚ ਹੀ ਪੋਸਟ ਲੈਣੀ ਆ, ਟੋਪਰ ਰਹਿਣਾ। ਉਹ ਮੈਰਿਟ ਓਵਰਆਲ ਦੇ ਵਿੱਚ ਜਿਹੜੇ ਬੰਦੇ ਟੋਪਰ ਹੁੰਦੇ ਉਹਨਾਂ ਨੂੰ ਕਿਸੇ ਕੈਟਾਗਰੀ ਅਕੋਰਡ ਨਹੀਂ ਕੀਤਾ ਜਾਂਦਾ, ਸਿੱਧੀ ਜੋਬ ਮਿਲ ਜਾਂਦੀ ਆ। ਅਤੇ ਜਿਹੜੇ ਜਦੋਂ ਨੰਬਰ ਥੱਲੇ ਥੱਲੇ ਜਾਂਦਾ ਫਿਰ ਕੈਟਾਗਰੀ ਸਟਾਰਟ ਹੁੰਦੀਆਂ, ਫਿਰ ਬੰਦਾ ਕਹਿੰਦਾ ਮੈਨੂੰ ਕੋਟੇ ਹਿਸਾਬ ਨਾਲ ਜੋਬ ਮਿਲ ਜੇ। ਤੁਸੀਂ ਆਪਦੀ ਮਿਹਨਤ ਅਕੋਰਡਿੰਗ ਜੋਬ ਲੈਣੀ ਹੈਗੀ ਆ, ਤੁਸੀਂ ਟੋਪਰ ਰਹਿਣਾ ਆ ਤਾਂ ਆਪਣਾ ਕੈਟਾਗਰੀਆਂ ਬਾਰੇ ਸੋਚਣਾ ਹੀ ਨਹੀਂ ਹੈਗਾ, 'ਚ ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਸਰਕਾਰ ਦੇ ਆਪਦੇ ਭੰਗਲ ਘੁੱਸੇ ਪਾਏ ਹੋਏ ਆ, ਇਸ ਕਰਕੇ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਮਿਹਨਤ ਕਰੋ ਅਤੇ ਟੋਪਰ ਬਣੋ, ਠੀਕ ਹੈ ਜੀ।